ਆਸਾ ਬਾ ਜਦੋਂ ਜਾਨਵਰ ਦੇ ਮਸਲ ਟੈਚਿੰਗ ਕਰਦੇ ਨਾ ਹਾਂਜੀ ਜਦੋਂ ਕੰਬਦੇ ਨੇ ਮਸਲ ਹਾਂਜੀ ਉਦੋਂ ਜਾਨਵਰ ਦੀ ਕੰਡੀਸ਼ਨ ਜਿਹੜੀ ਹੁੰਦੀ ਨਾ ਆਖਰੀ ਕੰਡੀਸ਼ਨ ਹੁੰਦੀ ਵੇਖੋ ਜੀ ਮੈਂ ਤੁਹਾਨੂੰ ਪਤਾ ਗਲਤ ਗੱਲ ਕਦੀ ਕੀਤੀ ਨਹੀਂ ਜਿਹੜੀ ਗੱਲ ਹੋਵੇ ਖਾਂਸੀ ਬਹੁਤ ਜ਼ਿਆਦਾ ਅੱਛਾ ਮੈਂ ਸੂਣ ਵਾਲੀ ਸੂਈ ਸੂਣ ਵਾਲੀ ਸੂਣ ਕਿੰਨੇ ਚਿਰ ਦੀ ਗੱਬਣ ਹੈਗੀ ਤਿਆਰ ਹੈ ਪੂੜੇ ਭੰਨੇ ਨੇ ਮੇਰਾ ਖਿਆਲ ਹੈ ਅੱਛਾ ਭਾਈ ਕੋਈ ਨਾਲ ਦੇ ਨਾਲ ਕੋਈ ਸ਼ਾਇਦ ਦਿੱਤੀ ਹੋਵੇ ਕੋਈ ਸ਼ਾਂਤੀ ਸਿਰਫ ਮਾਈ ਅੱਛਾ ਪਰਸੋਂ ਟੀਕੇ ਲਵਾਏ ਨੇ ਤੇ ਕੱਲ ਠੀਕ ਹੋਈ ਹੈ ਕਿਦਾਂ ਪਰਸੋਂ ਮਾਰੀ ਢਿੱਲੀ ਸੀ ਪੱਠੇ ਪੁੱਠੇ ਖਾਧੇ ਨੇ ਸਹੀ ਠੀਕ ਹੈ ਪਰ ਅੰਜ ਨਹੀਂ ਕਰਦੀ ਕੱਲ੍ਹ ਅਸੀਂ ਸ਼ਾਮੇ ਸਵੇਰੇ ਟੀਕੇ ਲਵਾਏ ਨੇ ਮਾਈ ਨੇ ਬੁਖਾਰ 107 ਸ਼ਾਮੇ ਫਿਰ ਚੈੱਕ ਕਰਾਈ ਫਿਰ ਦੁਬਾਰਾ ਇਹਦਾ ਬਲੱਡ ਲੋ ਗਿਆ ਫਿਰ ਲੋ ਦੇ ਲਵਾਏ ਨੇ ਅਤੇ ਅੱਜ ਸਵੇਰੇ ਗਈ ਨਹਿਰੇ ਨਹਿਰ ਜਾਣ ਨਾਲ ਜ਼ਿਆਦਾ ਡਾਊਨ ਹੋਈ ਪਸੀਨੇ ਆਏ ਨੇ ਕੀ ਚੀਜ਼ ਦੀ ਪਸੀਨਾ ਪਸੀਨਾ ਫਿਰ ਮੈਂ ਵੇਖਣ ਡਿਆ ਮੈਂ ਸਾਰੀ ਪਸੀਨਾ ਪਸੀਨੀ ਹੋ ਗਈ ਬੁਖਾਰ ਚੈੱਕ ਕਰਨਾ ਭਾਈ ਜ਼ਰਾ ਜੋੜ ਪਾ ਸਕਦਾ ਜੋੜ ਮੈਂ ਤਾਂ ਕੰਬਲ ਲੈ ਰਹੀ ਜੋੜ ਪਾਣੇ ਤੋਂ ਬਚ ਗੋਬਰ ਪਤਲਾ ਕਰ ਰਹੀ ਭਾਈ ਜੀ ਨਹੀਂ ਗੋਬਰ ਪਤਲਾ ਨਹੀਂ ਗੋਬਰ ਨਾ ਪਤਲਾ ਲੱਗਾ ਜਿਵੇਂ ਪਤਲਾ ਪਤਲਾ ਕਰ ਰਹੀ ਸ਼ਾਇਦ ਅੱਜ ਕਰਤਾ ਅੱਜ ਨਹੀਂ ਦੇਖਿਆ ਭਾਈ ਕੱਲ੍ਹ ਦੇ ਨੂੰ ਤੈਰ ਰਹੀ ਤੈਰ ਭਾਈ ਕੁੱਦੇ ਗਈ ਬਸ 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 ਪਰ ਠੀਕ ਹੈ ਤਾਂ ਨਾ ਜ਼ਿਆਦਾ ਦਬ ਨਾਰਮਲ ਰੱਖ ਡਿੱਗਣਾ ਪਵੇ ਬੜੀ ਜਲਦੀ ਡਾਊਨ ਹੋਈ ਭਾਈ ਦੋ ਤਿੰਨ ਦਿਨ ਦੇ ਵਿੱਚ ਤੁਹਾਨੂੰ ਫੋਨ ਕੀਤਾ ਉਦੋਂ ਮੈਂ ਰੋਟੀ ਸੀ ਸਿਰਫ ਖੰਗ ਦੀ ਸੀ ਐ ਤੇ ਹੁਣ ਕਰਨ ਲੱਗਿਆ ਅੱਧਾ ਪੌਣਾ ਘੰਟਾ ਕੰਮ ਦੀ ਨਹੀਂ ਸੀ ਹੁਣ ਕੰਮ ਨਹੀਂ ਕੀ ਮੈਨੂੰ ਗਲਾਵਸ ਦਿਓ ਮੈਂ ਤਾਂ ਬੱਚਾ ਚੈੱਕ ਕਰਨਾ ਇੱਧਰ ਗਲਾਵਸ ਜਾ ਚੱਲ ਮੁੜ ਕੇ ਪਹਿਲੇ ਹੀ ਪਹਿਲਾਂ ਤਾਂ ਪਤਾ ਭਾਈ ਪਾਣੀ ਰਜਾਉਣ ਵਾਲੀ ਬੜੀ ਗਲਤੀ ਕੀਤੀ ਇਹ ਚੰਗਾ ਮੰਨਦੇ ਨੇ ਮੰਨਦਾ ਕਿ ਕੁੜੀ ਆ ਜੀ ਹੈ ਕੋ ਬੰਦਾ ਮੰਨਦਾ ਹੋਵੇ ਨਾ ਪਾਣੀ ਫਿਰ ਕੰਮ ਚੱਲ ਜਾਣਾ ਸਵੇਰੇ ਤਾਂ ਢੁੱਕੀ ਮਾਈ ਖੜੀ ਨਾਲ ਆ ਖੜੀ ਮੈਨੂੰ ਆਖਿਆ ਪਾਣੀ ਪਿਆ ਦੇ ਉਸੇ ਟਾਈਮ ਵਾਪਸ ਲੈ ਉਹ ਛੱਡ ਕੇ ਇੱਥੇ ਆ ਉਹ ਪਹਿਲੇ 107 ਤੋਂ 6 ਤੋਂ ਦੇ ਬੁਖਾਰ ਦੇ ਸੰਡ ਆਏ ਜੀ ਰਾਤੀ ਦਾ ਬਲੱਡ ਲੋ ਗਿਆ ਬਿਲਕੁਲ ਹਾਂ ਤੇ ਲੋ ਆਪਣੀ ਆਪ ਜਦੋਂ ਇੱਕਦਮ ਬੁਖਾਰ ਦਾ ਡੰਗਲ ਨਹਿਰ ਦਾ ਪਤੀ ਕਿੱਡਾ ਪਾਣੀ ਡੰਡਾ ਇਹ ਸਾਰੀ ਡਿੱਗ ਰਹੀ ਹੈ ਜੀ ਉਹਦੇ ਮੇਰੇ ਨਾਲ ਬੰਦੇ ਕੋਲ 10 ਮਿੰਟ ਦੇ ਖੜਾ ਹੋ ਜਾਂਦਾ ਕੰਬਲ ਲਾ ਬਦੇ ਇੰਨੀ ਠੰਡੇ ਨਾਲੇ ਹੁਣ ਮੌਸਮ ਹੀ ਤਬਦੀਲ ਹੋਇਆ ਪੁੱਤਰ ਤੋਂ ਦਾ ਗੇੜਾ ਨੂੰ ਫਰਕ ਪਿਆ ਠੰਡੇ ਪਸੀਨੇ ਮੈਨੂੰ ਆਉਂਦੇ ਮਾਜ ਕਾਬੂ ਕਰੋ ਯਕ ਮੇਰੇ ਬੱਚੇ ਪਰ ਆਇਆ ਹਰ ਹਰ ਮੰਗਾ ਹੀ ਖੁੱਲ ਗਿਆ ਚਲ ਆ ਮੈਨੂੰ ਛੱਡ ਗਿਆ ਡੇਢ ਕੁ ਮਹੀਨਾ ਲੈਂਦੀ ਹਲੇ ਇਹ ਬੱਚਾ ਠੀਕ ਹੈ ਜੀ ਪਾਲਦੀ ਘੜੀ ਬੱਚਾ ਠੀਕ ਹੈ ਇੰਨਾ ਸਾਈਡ ਕਰੇ ਜੇ ਉਹ ਨਾੜਾ ਹੀ ਲੱਗਾ ਸੀ ਤਾਂ ਮੈਂ ਡਰ ਗਿਆ ਬੱਚੇ ਨੂੰ ਮਸਲਾ ਨਾ ਬਣ
ये नीरो बयान पंच, ये भी 10 डाल दो बीच में। ये मीको गुबाल मैन, वो बगैर ऑपरेशन के काम आने आंदे रो घर दा हक आ के बैठे दा नाल अफसर माई का काम बिलकुल खत्म हो गया। माई की सांस की रफ्तार भी अलहमदुल्ला बेहतर हो गई। बहुत डर से मैं शायद ज्यादा ना हो गया हो। बैक्टीरियल इन्फेक्शन हो गई माई नू, जिहड़ी सीधी डायरेक्ट फेफड़ां दे इन्फेक्शन कर गई। असी नू एंटीबायोटिक जरा टीका लाया ना इन्फेक्शन का, असल जे जरा सिफर सिफर लगा है ना टीका, खाली काफी 15 cc बड़ी डोज 10 cc आप आम लाने 15 cc लाया नाल सेरीफ्लोक्स एनरोफ्लोक्स असी जरा 20% टीका 20 cc लाया। असी आम तौर जो 10 cc लाई दे, सिर्फ और सिर्फ की होंगे उसकी रिकमेंडेड डोज भी 10 ml की चीज़ है। जानवर की बीमारी की नोइयत वेख के जानवर की कंडीशन वेख के डोज वधानी घटानी पैंदी। मैं ना अफसर पिछले दिन जो करोल पिंड सुंदरिया का एक बड़ा डेरा जहा है कोई पिछले दिन की गल, तो उत्थे ना बंदा है डंगर रखे उन्हें 35-40, तो उन्हें डंगर ना ढिले काबू नहीं आया थे। जा यार तेरे लुट के लै गया क्यों भला, तेनू पता लग गया माई।